हैलो एवरीवन, कितना सारे रूबू जो टेस्ट लै रही है। सो तुम आइसक्रीम पार्लर दिखाने लगा जलंधर का सब तो वधिया ते ओल्डेस्ट पार्लर ते वो हैगा ज़िगज़ैग। वैसे सारे नोन हैगा कि कित्थे हैगा रेस्टोरेंट है वाला सॉरी पार्लर कैप्सन के बिल्कुल ओपोजिट है मॉल टाउन मेन मार्केट से। तो रूबू जी मज़ा आ रहा है तो रूबू जी इंजॉय कर रही है। मेरे भी फेवरेट सी है छोटे होंदे जो मैं इन्ना से काफ़ी ओल्डेस्ट है। सो आओ हूँ चलिए अंदर तो देखते हैं आइसक्रीम कड़ी हैगी अंदर। चलिए रूबू अंदर। तो रूबू तो पहले ही खा रही है, मेरा भी बहुत मन कर रहा है कि मैं खावा कोई खा के। चलो आप देखते हैं कड़ी आइसक्रीम है। ज़िगज़ैग के ओनर भाई होनी नाल है तो यह सू दसूगे क्योंकि सब तो पुरानी शॉप है अपनी पार्लर आइसक्रीम पार्लर तो इस तो वधिया टेस्ट मैनू हल तक कोई नहीं लगा। कई कंपनीज आईया गई पर अपनी जो टेस्ट है ना ज़िगज़ैग का टिपिकल ठीक भाई तेरा कौन साडी हाई फेमस है भाई कौन बहुत है तेरा हां जी हाई से ठीक है कौन केएफसी कौन क्रिस्पी कौन है कॉर्नेटो कौन हां कॉर्नेटो कौन वाकई बहुत ही टेस्टी कौन है ते ओदी ओ दिवाने आपा भाई ते मेन जेड़ा साडा फ्लेवर तुसी किद्दा बनांदे हो इनू जिदा मतलब ए मैन्युफैक्चरिंग तो हुंदी हुंदी है फैक्ट्री तो हुंदी हां जी बिल्कुल ते फ्रेश चीज था फ्रेश चीज ओ टोटली फ्रेश इंग्रेडिएंट मैं देखदा सारे जेड़े पुराने टेस्ट चलदा पर हां जी बिल्कुल पुराने कोई चेंज नहीं हैगा आजकल 92 तो शुरू है वही टेस्ट है 90 वही टेस्ट है 92 तो वही टेस्ट है जी बिल्कुल साड़ी फेमस फ्रूट बियर सारे टोटल जी मेन मार्केट मॉडल टाउन निकू पार्क कैप्शन दे अपोजिट सामने मेन मार्केट मॉडल टाउन मेन मार्केट पुरानी चीजा देख के पुरानी जगह देख के मन बड़ी खुश हो खुशी मिलती है ਪੁਰਾਣੇ ਟੇਸਟ ਦੇਖੇ ਉਹੀ ਚੀਜ਼ ਦੇਖੀ ਹੈ ਸੜੀ ਸ਼ੋਅ ਦੀ ਫਿਟਿੰਗ ਵੀ ਹਲੇ ਤੱਕ ਉਦਾਂ ਦੀ ਨਹੀਂ ਉਹੀ ਚੀਜ਼ ਜੀ ਬਿਲਕੁਲ ਲਾਈਕ ਬੈ ਕੇ ਟੇਸਟ ਖਾ ਕੇ ਮਜ਼ਾ ਆਉਂਦਾ ਉਹ ਮਜ਼ਾ ਆਉਂਦਾ ਅਲੱਗ ਹੀ ਮਜ਼ਾ ਆਉਂਦਾ ਬਾਕੀ ਦੇਖੋ ਤੁਸੀਂ ਨੇਚਰ ਦੇਖੋ ਜੀ ਭਾਈ ਹੋਣਾ ਸਾਰੇ ਤੁਹਾਨੂੰ ਆਈਸਕ੍ਰੀਮ ਕਰਕੇ ਮਿੱਠੇ ਬੋਲ ਆ ਇਹਨਾਂ ਦੇ ਤੇ ਬਹੁਤ ਵਧੀਆ ਲੱਗਾ ਜੀ ਤੁਹਾਡਾ ਗੱਲ ਕਰਕੇ ਤੇ ਹੁਣ ਸਾਨੂੰ ਆਈਸਕ੍ਰੀਮ ਖਾਓ ਕੋ ਵਧੀਆ ਹਾਂ ਲਓ ਜੀ ਬਿਲਕੁਲ ਨੇਮ ਫਲੇਵਰ ਦੋ ਲੈਣਾ ਨਾ वाह रुबू कौन सा ले चोको चिप हाँ जी चोको चिप चोको चिप लो ये ब्लाइंड लव कह रही है हाँ जी ब्लाइंड लव कह रही है चोको चिप वाला और कौन सा और कौन सा चॉकलेट और चॉकलेट मिक्स कर दो जी मिक्स कर दे वाह वाह जिदा कई कस्टमर लाइक करते कि मैं काली खावा
ਵਾਕਈ ਕ੍ਰਿਸਪੀ ਬਹੁਤ ਆਮ ਬਹੁਤ ਬਹੁਤ ਆਮ ਕੋਨ ਨਾ ਸਪੈਸ਼ਲ ਪੈਂਦਾ ਇਹਦੇ ਵਿੱਚ ਕੋਨੇਟੋ ਕੋਨ ਹੁੰਦੇ ਚਾਕਲੇਟ ਹੁੰਦਾ ਇਹ ਕੋਨੇਟੋ ਕੋਨ ਹੁੰਦਾ ਤਾਂ ਹੀ ਸਰ ਮੇਰੇ ਲਈ ਬਲੈਕ ਰਨ ਕਰ ਦਿਓ ਅਲੱਗ ਅਲੱਗ ਸਾਰਾ ਛੋਟੀ ਛੋਟੀ ਕਰਨਾ ਹਾਂਜੀ ਹਾਂਜੀ ਚਾਰ ਸੁਣੇ ਪਰ तो मेरा ऑल टाइम फेवरेट ब्लैक करंट फ्लेवर है जो कि ना स्पेशल वाह रुबू जी आपने तो एंजॉय कर लिया है ना और मैं कर रहा हूँ भाजी बहुत बढ़िया यार सेम टेस्ट भाजी वाह देख भाई तेरी फ्रूट बियर भी है इसको भी दिखाओ जो है फेमस फ्रूट बियर हैगी जी ज़िगज़ैग दी ते ਵਾਕਈ ਭਾਜੀ ਬਹੁਤ ਵਧੀਆ ਵਾਲੀ ਫਰੂਟ ਬੀਅਰ ਆ ਕਿਉਂ ਇੰਨੀ ਵਧੀਆ ਫਰੂਟ ਬੀਅਰ ਆ ਸਰ ਇਹ ਸਾਡੀ ਬਹੁਤ ਪੁਰਾਣੀ ਫੇਮਸ ਆਈਟਮ ਹੈ ਔਰ 33 ਸਾਲ ਹੋ ਗਏ ਇਸ ਨੂੰ ਬੰਦੇ ਨੂੰ ਤੇ ਲੋਕ ਬਹੁਤ ਪਸੰਦ ਕਰ ਰਹੇ ਇਸ ਚੀਜ਼ ਨੂੰ ਹਾਂਜੀ ਛੋਟੇ ਤੋਂ ਪੀਨੇ ਆ ਰਹੇ ਹਾਂ ਹਾਂਜੀ ਆਪਾਂ 30 ਸਾਲ ਦੇ ਹੋ ਗਏ ਆ ਜਿਹੜੇ ਕਿ ਫਾਦਰ ਸੀਗੇ ਉਹਨਾਂ ਦੇ ਅੱਗੋਂ ਬੱਚੇ ਵੀ ਆਏ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਮਤਲਬ ਜਲੰਧਰ ਨਹੀਂ ਮਿਲਦੀ ਇਦਾਂ ਹੀ ਫਰੂਟ ਮੈਂ ਵੀ ਕਹਿੰਦਾ ਜੀ ਪਹਿਲੇ ਜਲੰਧਰ 'ਚ ਕਿਤੇ ਨਹੀਂ ਮਿਲੇਗੀ ਇਹ ਟੇਸਟ ਨਹੀਂ ਮਿਲੇਗਾ ਬਾਕੀ ਹੋਰ ਥਾਵਾਂ 'ਤੇ ਬੇਸ਼ੱਕ ਵੀ ਮਿਲੇਗੀ ਲੇਕਿਨ ਇਹ ਟੇਸਟ ਨਹੀਂ ਮਿਲੇਗਾ 33 ਸਾਲ ਪੁਰਾਣਾ ਟੇਸਟ ਵਾਹ ਜੀ ਵਾਹ ਸੇਮ ਟੇਸਟ ਹੋਈ ਹੈ ਵਾਹ ਵਾਹ ਸੋ ਮੈਂ ਕੋਨ ਦੀ ਗੱਲ ਕਰ ਰਿਹਾ ਸੀ ਤੇ ਵਾਹ ਭਾਈ ਸੇਮ ਕ੍ਰਿਸਪ ਹੈ ਯਾਰ ਬਹੁਤ ਵਧੀਆ ਸੇਮ ਸੇਮ ਵਾਹ ਯਾਰ ਵਾਕਈ ਭਾਈ ਮਤਲਬ ਟੇਸਟ ਨਾ ਜਾਂਦਾ ਨਹੀਂ ਮੂੰਹ ਤਾਂ ਜਦੋਂ ਆਈਸਕ੍ਰੀਮ ਖਤਮ ਹੋ ਜਾਂਦੀ ਪਰ ਟੇਸਟ ਨਹੀਂ ਖਤਮ ਹੁੰਦਾ ਵਾਹ ਸਰ ਮਤਲਬ ਫਰੂਟ ਬੀਅਰ ਦਾ ਵੀ ਟੇਸਟ ਮਜ਼ੇਦਾਰ ਐ ਨਾ ਸਾਰਾ ਮੈਂ ਜਦੋਂ ਵੀ ਤੁਹਾਡੇ ਕੋਲ ਆਉਂਦਾ ਮਤਲਬ ਹੁਣ ਤਾਂ ਬੱਚੇ ਸਾਡੇ ਹੈਗੇ ਅੱਗੇ ਅਤੇ ਉਹ ਵੀ ਦੀਵਾਨੇ ਹੋ ਗਏ ਤੁਹਾਡੇ ਵਾਹ ਫਰੂਟ ਬੀਅਰ ਵਾਕਈ ਸਪੈਸ਼ਲ ਹੈ ਸਰ ਸੋ ਥੈਂਕ ਯੂ ਭਾਜੀ ਜ਼ਿਆਦਾ ਦੇਰ ਲਈ ਵੀਡੀਓ ਬਣਾਉਣ ਲਈ ਅਤੇ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਵੀਡੀਓ ਬਣਾ ਕੇ ਮਜ਼ਾ ਆਇਆ ਜੀ ਅਤੇ ਬਾਕੀ ਮੈਂ ਤਾਂ ਆਉਂਦਾ ਹੀ ਰਹਿੰਦਾ ਅਤੇ ਸਾਰੇ ਯਾਰ ਜਿਹੜੇ ਵਿਊਜ਼ ਨਵੇਂ ਆ ਅਤੇ ਸਾਰੇ ਵੈਸੇ ਆਉਂਦੇ ਆ ਜਲੰਧਰ ਵਾਲੇ ਤਾਂ ਖਾਸ ਕਰਕੇ ਜਲੰਧਰੋਂ ਜਿਹੜਾ ਬਾਹਰ ਵੀ ਆਏਗਾ ਜਿਹੜਾ ਜਲੰਧਰ ਆਏਗਾ ਅਤੇ ਆਈਸਕ੍ਰੀਮ ਜ਼ਰੂਰ ਖਾ ਕੇ ਜਾਇਓ ਗਰਮੀ ਤੁਹਾਨੂੰ ਮਜ਼ਾ ਦੇਣਗੀ ਆਈਸਕ੍ਰੀਮ ਸਰ ਹੁਣਾਂ ਦੀ ਜ਼ਿਗਜ਼ੈਗ ਪਾਰਲਰ ਦੀ ਬਹੁਤ ਵਧੀਆ ਫਲੇਵਰਸ ਹੈਗੇ ਆ ਹਰ ਤਰ੍ਹਾਂ ਹਰ ਕਿਸੇ ਦੇ ਚੋਇਸ ਦਾ ਫਲੇਵਰ ਹੈਗਾ ਹੈ ਨਾ ਬਸ ਸਾਰੇ ਜਿਹੜਾ ਕਹਿੰਦਾ ਉਹ ਫਲੇਵਰ ਆਪਣੇ ਕੋਲ ਮਿਲ ਜਾਂਦਾ ਸੋ ਤੁਸੀਂ ਟਰਾਈ ਜ਼ਰੂਰ ਕਰਿਓ ਕੋਨ ਸਪੈਸ਼ਲ ਹੈ ਅਤੇ ਫਰੂਟ ਬੀਅਰ ਨਾਲ ਉਹ ਦੋਨੋਂ ਚੀਜ਼ਾਂ ਭਾਅ ਜੀ ਫੇਮਸ ਹੈ ਸੋ ਥੈਂਕ ਯੂ ਭਾਅ ਜੀ ਬਹੁਤ ਬਹੁਤ ਜੀ ਥੈਂਕ ਯੂ ਜੀ